ਹੈਲੋ ਐਂਡ ਵੈਲਕਮ ਟੂ ਵਿਜ਼ਨ ਪੰਜਾਬ ਟੀਵੀ ਕੈਨੇਡਾ ਸ਼ੋਅ ਚੱਲ ਰਿਹਾ ਦਿਲ ਦੀਆਂ ਗੱਲਾਂ ਅਤੇ ਮੇਰਾ ਨਾਮ ਹੈ ਅਭਿਸ਼ੇਕ ਅਤੇ ਮੇਰੇ ਕੋਲ ਐਂਕਰ ਨੇ ਸਾਇਰਾ ਅਤੇ ਫਿਰ ਜੀ ਅੱਜ ਦਾ ਟੌਪਿਕ ਹੈ ਤੁਸੀਂ ਦੱਸੋ ਮੈਂ ਤੁਹਾਨੂੰ ਸਵਾਲ ਕਰਾਂਗੇ ਆਪੇ ਦੱਸੋਗੇ ਅੱਛਾ ਵੈਸੇ ਮੈਂ ਤੁਹਾਨੂੰ ਦੱਸਾਂ ਕਿ ਰੋਜ਼ ਮੈਨੂੰ ਪਹਿਲਾਂ ਇੱਕ ਸਵਾਲ ਕਰਦੇ ਨੇ ਫਿਰ ਮੈਂ ਉਹਦਾ ਜਵਾਬ ਦਿੰਦੀ ਹਾਂ ਫਿਰ ਮੈਂ ਉਹਦਾ ਸਹੀ ਜਵਾਬ ਦੱਸਦੀ ਹਾਂ ਇਹ ਤਾਂ ਮਚ ਬੈਟਰ ਆਪਸ਼ਨ ਕਿ ਤੁਸੀਂ ਪਹਿਲੇ ਦੱਸਿਆ ਕਰੋ ਕਿ ਟੌਪਿਕ ਹੈ ਅਸੀਂ ਗੱਲ ਕਰਨੀ ਸ਼ੁਰੂ ਕਰਿਆ ਕਰੀਏ ਨਹੀਂ ਜੀ ਮੈਂ ਆਪਣੀ ਹਰਕਤਾਂ ਤੋਂ ਬਿਲਕੁਲ ਬਾਜ਼ ਨਹੀਂ ਆਊਂਗਾ ਮੈਂ ਸਵਾਲ ਕਰੂੰਗਾ ਓਕੇ ਜੀ ਜੇ ਗੱਲ ਕਰੀਏ ਇੰਡੀਆ ਦੀ ਅਤੇ ਇਹ ਚੀਜ਼ ਜਿਹੜੀ ਸ਼ੁਰੂ ਹੁੰਦੀ ਹੈ ਫੈਬ ਤੋਂ ਬਾਅਦ ਅਤੇ ਖਤਮ ਹੁੰਦੀ ਹੈ ਅਕਟੂਬਰ ਤੱਕ ਦੱਸੋ ਕੀ ਹੈ ਫੈਬ ਤੋਂ ਬਾਅਦ ਮਹੀਨਿਆਂ ਦੇ ਹਿਸਾਬ ਨਾਲ ਗਰਮੀ ਵਾਓ ਅੱਜ ਇਹ ਮੇਰਾ ਰਿਕਾਰਡ ਹੈ ਪਹਿਲੀ ਵਾਰ ਹੁਣ ਤੱਕ ਦਾ ਕਿ ਮੈਂ ਜਦੋਂ ਫਸਟ ਟਾਈਮ ਗਲਤ ਜਵਾਬ ਨਹੀਂ ਦਿੱਤਾ ਵਾਓ ਵਾਓ ਹਰ ਵਾਰ ਪਹਿਲਾਂ ਗਲਤ ਦੇ ਰਹੀ ਫਿਰ ਸਹੀ ਜਵਾਬ ਕੀ ਹੁੰਦਾ ਹੈ ਗਲਤੀਆਂ ਕਰ ਕਰਕੇ ਇਨਸਾਨ ਸਿੱਖ ਜਾਂਦਾ ਇੱਕ ਦਿਨ ਆਏਗਾ ਤੁਸੀਂ ਪਹਿਲਾਂ ਹੀ ਬੁੱਝ ਲਓਗੇ ਮੈਂ ਹਲੇ ਪੁੱਛਣਾ ਬਾਅਦ 'ਚ ਤੁਸੀਂ ਪਹਿਲਾਂ ਦੱਸ ਦੇਣਾ ਉਮੀਦ ਕਰਦੇ ਹਾਂ ਲੇਕਿਨ ਹਾਂ ਜਿਹੜਾ ਤੁਸੀਂ ਟੌਪਿਕ ਚੁਣਿਆ ਨਾ ਬਿਲਕੁਲ ਸਹੀ ਚੁਣਿਆ ਕਿਉਂਕਿ ਅੱਜ ਮੈਂ ਬਹੁਤ ਸਤਾਈ ਹੋਈ ਹਾਂ ਐਂਡ ਦਿਸ ਇਜ਼ ਦ ਬੈਸਟ ਡੇ ਟੂ ਡਿਸਕਸ ਗਰਮੀ ਯੂ ਨੋ ਇਦਾਂ ਹੁੰਦਾ ਜਦੋਂ ਅਸੀਂ ਸਰਦੀਆਂ 'ਚ ਹੁੰਦੇ ਹਾਂ ਅਸੀਂ ਗਰਮੀਆਂ ਦੀ ਸਿਫਤਾਂ ਕਰਦੇ ਹਾਂ ਕਿ ਯਾਰ ਗਰਮੀ ਆ ਜਾਏ ਫਿਰ ਇਹ ਨਾ ਜਿਹੜੀ ਸਰਦੀ ਬਰਦਾਸ਼ਤ ਨਹੀਂ ਹੋ ਰਹੀ ਇਹ ਸਾਰਾ ਦਿਨ ਕੰਬਲ 'ਚ ਵੜੇ ਰਹਿਣਾ ਇੱਦਾਂ ਤੁਸੀਂ ਕੰਪਲੇਨ ਕਰਦੇ ਹਾਂ ਐਂਡ ਦੈਨ ਜਦੋਂ ਗਰਮੀਆਂ ਆ ਜਾਂਦੀਆਂ ਅਸੀਂ ਫਿਰ ਸਰਦੀਆਂ ਨੂੰ ਯਾਦ ਕਰਦੇ ਹਾਏ ਉਹ ਤਾਂ ਚੰਗੇ ਸੀ ਹੁਣ ਤਾਂ ਵੇਖ ਕਿਤੇ ਖਲੋਤਾ ਵੀ ਨਹੀਂ ਜਾਂਦਾ ਇਸੀ ਦੇ ਬਿਨਾਂ ਸਹੀ ਕਿਹਾ ਜੀ ਗਰਮੀਆਂ ਮੌਸਮ ਹੀ ਇੱਦਾਂ ਦਾ ਹੈ ਮੈਂ ਅੱਜ ਦੀ ਗੱਲ ਹੀ ਦੱਸਾਂ ਨਾ ਮੈਂ ਆਪਣੀ ਬਾਈਕ 'ਤੇ ਬੈਠਣ ਲੱਗਾ ਬੈਠਾ ਹੀ ਹਾਂ ਮੈਂ ਹਾਲੇ ਨਾਲ ਹੀ ਖਲੋਣਾ ਪੈ ਗਿਆ ਬਿਲਕੁਲ ਸਹੀ ਕਿਹਾ ਤੁਸੀਂ ਔਰ ਬਹੁਤ ਜ਼ਿਆਦਾ ਔਰ ਈਵਨ ਕਾਰ ਦੇ ਵਿੱਚ ਯੂ ਨੋ ਤੁਸੀਂ ਕਾਰ ਦਾ ਦਰਵਾਜ਼ਾ ਖੋਲੋਗੇ ਪਹਿਲਾਂ 15-20 ਮਿੰਟ ਨੂੰ ਪ੍ਰੀ ਹੀਟ ਕਹਿਣ ਲੱਗੇ ਸੀ ਪ੍ਰੀ ਹੀਟ ਤਾਂ ਹੋ ਹੀ ਰੱਖਿਆ ਮੈਮ ਨੂੰ ਗਰਮੀ ਚੜ ਗਈ ਹੈ ਪ੍ਰੀ ਕੂਲ ਕਰਨਾ ਪਏਗਾ ਉਹਨੂੰ ਫਿਰ ਤੁਸੀਂ ਕਾਰ ਦੇ ਅੰਦਰ ਬੈਠ ਸਕਦੇ ਹੋ ਡਰਾਈਵ ਕਰ ਸਕਦੇ ਹੋ ਇੰਨੀ ਜ਼ਿਆਦਾ ਗਰਮੀ ਹੋ ਜਾਂਦੀ ਇੰਡੀਆ ਦੇ ਕੁਝ ਸਪੈਸ਼ਲ ਪਾਰਟਸ ਦੇ ਵਿੱਚ ਔਰ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਤਾਂ ਗਰਮੀ ਦੀ ਕਿਆ ਹੀ ਬਾਤ ਹੈ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਅਤੇ ਫਿਰ ਆਓ ਤੁਹਾਨੂੰ ਮੈਮ ਦੱਸਣਗੇ ਹੁਣ ਗਰਮੀ ਦੇ ਵਿੱਚ ਕੀ ਕਰਨਾ ਚਾਹੀਦਾ ਗਰਮੀ ਤੋਂ ਬਚਣ ਦੇ ਲਈ ਅੱਛਾ ਮੈਂ ਤੁਹਾਨੂੰ ਸਕਿਨ ਟਿਪਸ ਦਵਾਂ ਆਈ ਹੈਵ ਬੈਟਰ ਸਕਿਨ ਟਿਪਸ ਮੈਂ ਹੋਰ ਤੇ ਕੀ ਦੱਸਾਂਗੀ ਮੈਂ ਤੁਹਾਨੂੰ ਸਕਿਨ ਰਿਲੇਟਡ ਟਿਪਸ ਦੇ ਸਕਦੀ ਇਹ ਤੁਸੀਂ ਵੀ ਅਪਲਾਈ ਕਰ ਸਕਦੇ ਕੋਈ ਮੁੰਡਾ ਕੁੜੀ ਦਾ ਕੋਈ ਬੈਲ ਸਾਰੇ ਲੋਕ ਅਪਲਾਈ ਕਰ ਹਾਂਜੀ ਮੈਮ ਮੈਨੂੰ ਦੱਸੋ ਓਕੇ ਆਈ ਵਿਲ ਟੈਲ ਯੂ ਸਭ ਤੋਂ ਪਹਿਲਾਂ ਆਲਵੇਜ਼ ਕੀਪ ਡਰਿੰਕਿੰਗ ਵਾਟਰ ਬਹੁਤ ਸਟੇ ਹਾਈਡਰੇਟਡ ਬਹੁਤ ਸਾਰਾ ਪਾਣੀ ਪੀਓ ਕਿਉਂਕਿ ਗਰਮੀ ਦੇ ਵਿੱਚ ਬਹੁਤ ਸਾਰੇ ਲੋਕ ਯੂ ਨੋ ਫੇਂਟ ਹੋ ਜਾਂਦੇ ਨੇ ਦੇ ਵਿੱਚ ਜਾ ਕੇ ਬਿਕੋਜ਼ ਬਾਡੀ ਦੇ ਵਿੱਚੋਂ ਜਿਹੜੇ ਐਸੈਂਸ਼ੀਅਲ ਵਿਟਾਮਿਨ ਮਿਨਰਲ ਨੇ ਉਹ ਸਵੈਟ ਦੇ ਨਾਲ ਨਿਕਲ ਜਾਂਦੇ ਨੇ ਐਂਡ ਤੁਹਾਡੀ ਬਾਡੀ ਵੀਕ ਫੀਲ ਕਰਨ ਲੱਗ ਜਾਂਦੀ ਤੁਸੀਂ ਫੇਂਟ ਹੋ ਜਾਂਦੇ ਸੋ ਸਟੇ ਹਾਈਡਰੇਟਡ ਇਹਦੇ 2-10-50 ਫਾਇਦੇ ਨੇ ਔਰ ਦੂਸਰਾ ਫਾਇਦਾ ਇਸੇ ਦਾ ਇਹ ਹੈ ਕੀ ਤੁਹਾਡੀ ਸਕਿਨ ਸੋਹਣੀ ਰਹਿੰਦੀ ਹੈ ਯੂਅਰ ਸਕਿਨ ਗਲੋਜ਼ ਯੈਸ ਔਰ ਪਾਣੀ ਇਸ ਕਰਕੇ ਪੀਂਦੇ ਰਹਿਣਾ ਚਾਹੀਦਾ ਸਰਦੀਆਂ ਗਰਮੀਆਂ ਐਵਰੀ ਟਾਈਮ ਔਰ ਡਰਿੰਕ ਅ ਲੋਟ ਆਫ ਵਾਟਰ ਐਟਲੀਸਟ 8 ਗਲਾਸ ਅ ਡੇ ਹਾਂ ਜ਼ਿਆਦਾ ਨਹੀਂ ਪਰ ਪੀਂਦੇ ਰਹਿਣਾ ਚਾਹੀਦਾ ਥੋੜ੍ਹਾ ਥੋੜ੍ਹਾ ਸਿਪ ਸਿਪ ਕਰਕੇ ਪੀਓ ਪਰ 8 ਗਲਾਸ ਪੂਰੇ ਕਰਿਆ ਕਰੋ ਇੱਕ ਦਿਨ ਦੇ ਵਿੱਚ ਅੱਛਾ ਨੈਕਸਟ ਜੇ ਤੁਹਾਨੂੰ ਟੈਨ ਹੋ ਜਾਏ ਜੇ ਤੁਸੀਂ ਗਰਮੀਆਂ 'ਚ ਤਾਂ ਬਾਹਰ ਯੂ ਨੋ ਤੁਰਦੇ ਫਿਰਦੇ ਰਹੋ ਤੁਹਾਨੂੰ ਟੈਨ ਹੋ ਜਾਏ ਕਿਤੋਂ ਕਿਉਂਕਿ ਮੈਨੂੰ ਰੀਸੈਂਟਲੀ ਬਹੁਤ ਜ਼ਿਆਦਾ ਹੋ ਗਿਆ ਆਈ ਹੈਵ ਟੂ ਡੂ ਦ ਸੇਮ ਫੋਰ ਮੀ ਤੁਸੀਂ ਕਰ ਸਕਦੇ ਹੋ ਔਰ ਜੋ ਸਾਰੇ ਵਿਊਅਰਸ ਦੇਖ ਰਹੇ ਨੇ ਉਹ ਵੀ ਜ਼ਰੂਰ ਕਰਨ ਟਰਾਈ ਕਰਕੇ ਦੇਖਣ ਇਟਸ ਆਯੁਰਵੈਦਿਕ ਹੋਮ ਰੈਮਡੀ ਸੋ ਸਾਰਿਆਂ ਦੇ ਘਰ ਇਹ ਚੀਜ਼ਾਂ ਮਿਲ ਜਾਂਦੀਆਂ ਨੇ ਤੁਸੀਂ ਟਰਾਈ ਕਰ ਸਕਦੇ ਹੋ ਤੁਸੀਂ ਬੇਸਨ ਜਿਹਨੂੰ ਆਪਾਂ ਗ੍ਰਾਮ ਫਲੋਰ ਕਹਿੰਦੇ ਹਾਂ ਇੰਗਲਿਸ਼ 'ਚ ਉਹ ਲੈ ਕੇ ਉਹਦੇ ਵਿੱਚ ਥੋੜ੍ਹਾ ਜਿਹਾ ਦਹੀਂ ਅਪਲਾਈ ਕਰਨਾ ਔਰ ਰੋਜ਼ ਵਾਟਰ ਪਾਉਣਾ ਥੋੜ੍ਹੀ ਜਿਹੀ ਐਲੋਵੇਰਾ ਜੈਲ ਪਾਉਣੀ ਹੈ ਔਰ ਇਹਨੂੰ ਮਿਕਸ ਕਰ ਲੈਣਾ ਐਲੋਵੇਰਾ ਜੈਲ ਜੇ ਨੈਚੁਰਲ ਹੋਏ ਤਾਂ ਜ਼ਿਆਦਾ ਬੈਟਰ ਹੈ ਔਰ ਉਹਨੂੰ ਆਪਣੇ ਜੋ ਟੈਂਡ ਏਰੀਆ ਉਹਦੇ ਉੱਪਰ ਲਗਾਓ ਔਰ ਥੋੜ੍ਹੇ ਦਿਨਾਂ ਬਾਅਦ ਯੂ ਨੋ ਯੂ ਹੈਵ ਟੂ ਰੀਅਪਲਾਈ ਇਟ ਇੱਕ ਹਫ਼ਤੇ ਦੇ ਵਿੱਚ ਐਟਲੀਸਟ 2-3 ਵਾਰ ਕਰੋ ਵਿਦਇਨ ਅ ਮੰਥ ਔਰ 2 ਮੰਥ ਟੈਂਡ ਚਲੇ ਜਾਏਗਾ ਵਾਓ ਵਾਓ ਯਾਰ ਕਿੰਨੇ ਸਿਆਣੇ ਨੇ ਮੈਮ ਆਈ ਨੋ ਐਕਚੁਅਲੀ ਮੈਂ ਨਹੀਂ ਹਰ ਕੁੜੀ ਇੰਨੀ ਕੁ ਸਿਆਣੀ ਹੁੰਦੀ ਹੈ ਕਿ ਟੈਂਡ ਨੂੰ ਕਿੱਦਾਂ ਰਿਮੂਵ ਕਰ ਆਈ ਡੋਨਟ ਲਾਈਕ ਇਟ ਅੱਛਾ ਮੈਮ ਫੇਂਟ ਹੋਣ ਦੀ ਗੱਲ ਕਰਦੇ ਪਏ ਸੀ ਤੁਹਾਡੇ ਨਾਲ ਹੋਇਆ ਕਿ ਤੁਸੀਂ ਗਰਮੀਆਂ 'ਚ ਫੇਂਟ ਹੋਏ ਹੋ ਜਾਂ ਐਕਟਿੰਗ ਕੀਤੀ ਹੋਈ ਅੰਦਰ ਮੈਨੂੰ ਪਹਿਲਾਂ ਪਤਾ ਕਦੋਂ ਸਕੂਲ ਵਿੱਚ ਸਕੂਲ ਦੀ ਅਸੈਂਬਲੀ ਜਿੰਨੀਆਂ ਲੰਬੀਆਂ ਹੁੰਦੀਆਂ ਸੀ ਆਈ ਵਾਜ਼ ਲਾਈਕ ਵਾਈ ਹਾਈ ਕਿਉਂ ਖੜੇ ਕੀਤਾ ਹੋਇਆ ਸੀ ਆਈ ਡੋਨਟ ਲਾਈਕ ਇਟ ਔਰ ਮੈਂ ਦੋ ਤਿੰਨ ਵਾਰੀ ਦੋ ਇੱਕ ਵਾਰੀ ਦੋ ਤਿੰਨ ਵਾਰੀ ਇੱਦਾਂ ਕੀਤਾ ਮੈਂ ਕਿਹਾ ਮੈਂ
ਬੇਹੋਸ਼ ਹੋ ਰਹੀ ਮੇਰੇ ਫਾਦਰ ਨਾ ਡਾਕਟਰ ਹੈ ਸੋ ਮੈਂ ਉਸ ਚੀਜ਼ ਦਾ ਬੜਾ ਫਾਇਦਾ ਚੁੱਕ ਰਿਹਾ ਮੈਮ ਮੇਰੇ ਨਾ ਗਲੂਕੋਜ਼ ਕਮ ਹੋ ਰਿਹਾ ਸੋ ਓਕੇ ਅੱਛਾ ਇਹ ਬੇਹੋਸ਼ ਹੋ ਰਹੀ ਨੂੰ ਅੰਦਰ ਲੈ ਜਾਓ ਮੈਡੀਕਲ ਰੂਮ ਕੋਈ ਲੈਕਚਰ ਨਹੀਂ ਸਾਰਾ ਦਿਨ ਛੁੱਟੀ ਔਰ ਆਰਾਮ ਨਾਲ ਐਸ਼ ਕਰੋ ਏਸੀ 'ਚ ਬੈਠੋ ਗਲੂਕੋਜ਼ ਪੀਓ ਇੰਜੋਏ ਦ ਡੇ ਸਹੀ ਕਿਹਾ ਮੇਰੇ ਨਾਲ ਵੀ ਇੱਦਾਂ ਆਇਆ ਸੀ ਸਾਡਾ ਨਾ ਗਰਮੀਆਂ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦਾ ਪ੍ਰੈਕਟੀਕਲ ਸੀ ਤੂੰ ਇਵੇਂ ਸੀ ਕਿ ਗਰਾਊਂਡ ਦੇ 5 ਚੱਕਰ ਲਾਉਣੇ ਆ ਮੈਂ ਕਿਹਾ ਯਾਰ ਠੀਕ ਹੈ 5 ਚੱਕਰ ਤਾਂ ਲਾ ਲਾਂਗੇ ਉਹ ਤੋਂ ਬਾਅਦ ਜਿਹੜਾ ਪੀਰੀਅਡ ਸੀ ਨਾ ਉਹਦੇ 'ਚ ਟੈਸਟ ਸੀ ਮੈਥ ਦਾ ਅਤੇ ਮੈਂ ਕਿਹਾ ਯਾਰ ਇੱਦਾਂ ਕਰਦੇ ਬਹਾਨਾ ਸੋਹਣਾ ਬਣ ਜਾਣਾ ਚੱਕਰ ਲਾ ਲਓ 5 ਅਤੇ ਜਾਂਦੇ ਜਾਂਦੇ ਨਾ ਬਸ ਰਸਤੇ 'ਚ ਡਿੱਗ ਜੀ ਬਾਕੀ ਰੱਬ ਰੱਖਾਂ ਬਸ ਇੱਦਾਂ ਹੀ ਆਇਆ 5 ਚੱਕਰ ਲਾ ਤਾਂ ਲਏ ਪਰ ਗਰਮੀ ਨੇ ਸੀਰੀਅਸਲੀ ਮੈਂ ਐਕਟਿੰਗ ਹੀ ਕਰਨੀ ਇੰਨਾ ਜ਼ਿਆਦਾ ਮੈਨੂੰ ਫੀਲ ਕਰਾਤਾ ਅੰਦਰੋਂ ਹੀ ਅੰਦਰੋਂ ਮੈਂ ਡਿੱਗਦਾ ਗਿਆ ਅਤੇ ਹੋ ਗਿਆ ਹਾਂ ਚਲੋ ਫਿਰ ਨਹੀਂ ਮੈਨੂੰ ਪਤਾ ਲੱਗਾ ਮੇਰਾ ਕੀ ਹੋਇਆ ਬਸ ਇਹ ਹੀ ਕਿ ਮੇਰਾ ਟੈਸਟ ਖਤਮ ਸਾਰੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਹਰ ਬੱਚੇ ਦੇ ਦਿਮਾਗ 'ਚ ਆਇਆ ਹੋਇਆ ਕਰਨ ਵਾਲੇ ਥੋੜ੍ਹੇ ਹੁੰਦੇ ਨੇ ਪਰ ਆਉਂਦਾ ਸਾਰਾ ਦਿਮਾਗ ਯਾਰ ਇਹਨੂੰ ਚੁੱਕਿਆ ਤਾਂ ਮੈਂ ਬੇਹੋਸ਼ੀ ਹੋ ਜਾ ਮੈਂ ਟੈਸਟ ਦੇਣ ਵਾਲਾ ਬਟ ਲਿਟਰਲੀ ਸਮਰਸ ਆਰ ਰੀਅਲੀ ਰੀਅਲੀ ਐਗਜ਼ੌਸਟਿੰਗ ਬੜਾ ਐਗਜ਼ੌਸਟ ਕਰ ਦਿੰਦਾ ਬੰਦੇ ਨੂੰ ਜੇ ਤੁਸੀਂ ਇੱਕ ਅੱਜ ਹੀ ਰੀਸੈਂਟਲੀ ਮੈਨੂੰ ਇਹ ਦੋਹਾ ਕਿ ਥੋੜ੍ਹਾ ਜਿਹਾ ਮੈਨੂੰ ਟਰੈਵਲ ਕਰਨਾ ਪਿਆ ਔਨ ਫੁੱਟ ਥੋੜ੍ਹੀ ਜਿਹੀ ਤੁਰ ਕੇ ਜਾਣਾ ਪਿਆ ਮੈਨੂੰ ਕਿਤੇ ਤੱਕ ਔਰ ਉੱਥੋਂ ਤੱਕ ਜਾਂਦੇ ਜਾਂਦੇ ਤੱਕ ਮੈਨੂੰ ਇੱਦਾਂ ਲੱਗਾ ਕਿ ਬਸ ਇਹਨੂੰ ਤਾਂ ਲੱਖ ਗੁਣਾ ਚੰਗਾ ਹੁੰਦਾ ਕਿ ਮੈਂ ਬੇਹੋਸ਼ ਹੋ ਗਈ ਪਿੱਛੇ ਕਿਤੇ ਐਂਡ ਇਟ ਇਜ਼ ਵੈਰੀ ਵੈਰੀ ਐਗਜ਼ੌਸਟਿੰਗ ਮੈਨੂੰ ਬਹੁਤ ਐਗਜ਼ੌਸਟਿੰਗ ਲੱਗਦੀ ਔਰ ਇੱਕ ਹੋਰ ਗੱਲ ਗਰਮੀਆਂ ਦੇ ਵਿੱਚ ਜੋ ਲੀਜ਼ਰਡਸ ਇਨਸੈਕਟਸ ਬਾਹਰ ਆ ਜਾਂਦੇ ਨੇ ਨਾ ਟਰਸਟ ਮੀ ਦਿਸ ਇਜ਼ ਅਨਦਰ ਲੈਵਲ ਆਫ ਐਗਜ਼ੌਸਟਿਵਨੈਸ ਫੋਰ ਮੀ ਕਿਉਂ ਬਈ ਇਹਨੇ ਲੀਜ਼ਰਡ ਇਹਨੇ ਇਨਸੈਕਟਸ ਕਿੱਥੋਂ ਬਾਹਰ ਆ ਜਾਂਦੇ ਨੇ ਅੱਛਾ ਚਲੋ ਇਹ ਤਾਂ ਤੁਸੀਂ ਗਰਮੀਆਂ ਦੀ ਕੀਤੀ ਮਾੜੀ ਗੱਲ ਗਰਮੀਆਂ ਦੀ ਕੋਈ ਚੰਗੀ ਗੱਲ ਤੇ ਲੱਗਦੀ ਹੋਗੀ ਤੁਹਾਨੂੰ ਬਹੁਤ ਮੈਂਗੋਸ ਓ ਵਾਓ ਇਟਸ ਮਾਈ ਫੇਵਰੇਟ ਮੈਨੂੰ ਬਹੁਤ ਚੰਗਾ ਲੱਗਦਾ ਕਿ ਗਰਮੀ ਆ ਰਹੀ ਹੁਣ ਅਸੀਂ ਮੈਂਗੋ ਖਾਵਾਂਗੇ ਔਰ ਇੰਨੇ ਤਰੀਕੇ ਦੇ ਅੱਛਾ ਤੁਸੀਂ ਮੈਨੂੰ ਕੋਈ 5 ਤਰੀਕੇ ਦੇ ਮੈਂਗੋ ਦੇ ਨਾਮ ਦੱਸੋ ਵਰਾਈਟੀ ਦੇ ਵਾਓ 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 ਚਲੋ ਇੱਕ ਹੁੰਦੇ ਦਸ਼ਹਿਰੀ ਅੰਬ ਓਕੇ ਖੱਟੇ ਮਿੱਠੇ ਅੰਬ ਬਸ ਬਸ ਇਹ ਵੀ ਨਹੀਂ ਅਰੇ ਪੰਜ ਤਰ੍ਹਾਂ ਦੇ ਯਾਰ ਅੰਬ ਦੀ 108 ਵੈਰਾਈਟੀ ਹੁੰਦੀ ਹੈ ਓਕੇ ਮੈਂ ਦੱਸਦਾ ਅੰਬ ਦੀ ਸਿਰਫ ਇੱਕੋ ਵੈਰਾਈਟੀ ਹੋਣੀ ਚਾਹੀਦੀ ਹੈ ਉਹ ਹੈ ਕਿ ਬਸ ਉਹ ਮਿੱਠਾ ਹੋਣਾ ਚਾਹੀਦਾ ਦੈਟਸ ਇਟ ਅਰੇ ਐਕਚੁਅਲੀ ਨਾ ਅੰਬ ਦੀ ਜਿਹੜੀ ਸ਼ੇਪ ਐਂਡ ਸਾਈਜ਼ ਹੈ ਉਹਦੇ ਤੇ ਬੇਸ 108 ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਸਾਡੇ ਜਿਹੜੇ ਸ਼ਹਿਰ 'ਚ ਉੱਥੇ ਤਾਂ ਬਹੁਤ ਸਾਰੇ ਤਰ੍ਹਾਂ ਦੇ ਅੰਬ ਮਿਲਦੇ ਨੇ ਲੇਕਿਨ 4-5 ਇੱਦਾਂ ਦੀ ਹੁੰਦੀ ਜਿਹੜੀ ਜਿਹਨਾਂ ਦੀ ਵਿਕਰੀ ਜ਼ਿਆਦਾ ਹੁੰਦੀ ਹੈ ਦੇ ਆਰ ਸਿੰਧੂਰੀ ਅੰਬ ਲੰਗੜਾ ਅੰਬ ਮਿੱਠਾ ਅੰਬ ਤੇਰਾ ਪਲਾ ਅਸ ਸਭ ਤੋਂ ਪਹਿਲਾਂ ਕਿਹੜੇ ਕਿਆ ਸੀ ਦਸ਼ਹਿਰੀ ਦਸ਼ਹਿਰੀ ਅੰਬ ਇੱਕ ਹੋਰ ਹੁੰਦਾ ਹੈ ਲਾਈਕ ਆਈ ਨੋ ਵਨ ਮੋਰ ਮੈਨੂੰ ਸ਼ਾਇਦ ਯਾਦ ਭੁੱਲ ਰਿਹਾ ਸ਼ਾਇਦ ਮੇਰੇ ਮਾਈਂਡ 'ਚ ਸਕਿਪਰ ਬਟ ਆਈ ਨੋ 4 ਓਕੇ ਸੋ ਡਿਫਰੈਂਟ ਤਰ੍ਹਾਂ ਦੇ ਅੰਬ ਹੁੰਦੇ ਨੇ ਆਈ ਲਵ ਈਟਿੰਗ ਆਲ ਆਫ ਦੈਮ ਔਰ ਸੋ ਇਹ ਤਾਂ ਮੇਰੀ ਗਰਮੀਆਂ ਦੀ ਚੰਗੀ ਗੱਲ ਹੋ ਗਈ ਜੋ ਮੈਨੂੰ ਲੱਗਦੀ ਤੁਹਾਨੂੰ ਕੀ ਲੱਗਦਾ ਵੀ ਗਰਮੀਆਂ ਚੰਗੀ ਮੈਨੂੰ ਹੈ ਕਿ ਯਾਰ ਛੋਟੇ ਛੋਟੇ ਕੱਪੜੇ ਪਾਓ ਆਰਾਮ ਨਾਲ ਕੈਜੂਅਲ ਕੱਪੜੇ ਪਾ ਕੇ ਤੁਸੀਂ ਬਸ ਰੈਸਟ ਕਰੋ ਏਸੀ ਲਾਓ ਤੇ ਬਸ ਫੀਲ ਫਰੀ ਇੱਕ ਤੁਹਾਡੇ ਹੱਥ 'ਚ ਕੋਲ ਡਰਿੰਕ ਹੋਣੀ ਚਾਹੀਦੀ ਹੈ ਠੰਡਾ ਜੂਸ ਹੋਣਾ ਚਾਹੀਦਾ ਉਹਨੂੰ ਤੁਸੀਂ ਪੀਂਦੇ ਰਹੋ ਬਰਫ ਹੋਵੇ ਇੰਜੋਏ ਕਰੋ ਬਸ ਕੋਈ ਫਿਲਮ ਲੱਗੀ ਹੋਵੇ ਤੁਹਾਡੀ ਐਲਈਡੀ ਤੇ ਜਾਂ ਕੋਈ ਸੋਹਣਾ ਜਿਹਾ ਐਪੀਸੋਡ ਗੇਮ ਆਫ ਥਰੋਨਸ ਦਾ ਬਸ ਤੁਸੀਂ ਇੰਜੋਏ ਕਰੋ ਫੀਲ ਕਰੋ ਦੈਟਸ ਇਟ ਗਰਮੀਆਂ ਸਿਰਫ ਨਹੀਂ ਆਏ ਤੇ ਦੂਸਰੀ ਸਵਿਮਿੰਗ ਪੂਲ 'ਚ ਜਾਓ ਆਹਾ ਸੀਰੀਅਸਲੀ ਮੇਰੇ ਦੋਸਤ ਮੈਨੂੰ ਲੈ ਕੇ ਜਾਂਦੇ ਮੈਨੂੰ ਪਤਾ ਨਹੀਂ ਸੀ ਯਾਰ ਸਾਡੇ ਨਾ ਸ਼ਹਿਰ ਦੇ ਵਿੱਚ ਹੀ ਸਵਿਮਿੰਗ ਪੂਲ ਨਵਾਂ ਨਵਾਂ ਖੁੱਲ੍ਹਾ ਸੀ ਅਤੇ ਮੈਂ ਟਿਊਸ਼ਨ 'ਚ ਜਾਣਾ ਯੇ ਵੋ ਇੱਧਰ ਉੱਧਰ ਮੈਂ ਬੜਾ ਇਰੀਟੇਟ ਹੋ ਗਿਆ ਸੀ ਇੱਕ ਦਿਨ ਮੇਰਾ ਦੋਸਤ ਆਇਆ ਚੱਲ ਯਾਰ ਆਪਾਂ ਬੰਕ ਮਾਰੀਏ ਮੈਂ ਕਿਹਾ ਨਹੀਂ ਨਹੀਂ ਫੜੇ ਗਏ ਤੇ ਪੰਗਾ ਪੈ ਚੁੱਕਿਆ ਨਾ ਛੱਡ ਯਾ ਰਾਜਾ ਉਹ ਮੈਨੂੰ ਸਵਿਮਿੰਗ ਪੂਲ ਦੇ ਵਿੱਚ ਲੈ ਕੇ ਗਿਆ ਸੀ ਲੱਤ ਲੱਗੀ ਨਾ ਮੈਨੂੰ ਪਤਾ ਮੈਂ 2 ਮਹੀਨੇ ਗਰਮੀਆਂ ਸਿਰਫ ਸਵਿਮਿੰਗ ਪੂਲ 'ਚ ਗਿਆ ਟਿਊਸ਼ਨ ਮੈਂ ਗਿਆ ਹੀ ਨਹੀਂ ਸੋ ਸਵਿਮਿੰਗ ਪੂਲ ਹੋ ਗਿਆ ਔਰ ਇਹ ਸਾਰੀ ਚੰਗੀ ਚੀਜ਼ਾਂ ਹੋ ਗਈਆਂ ਤੁਹਾਨੂੰ ਮਾੜੀ ਚੀਜ਼ ਕਿਹੜੀ ਲੱਗਦੀ ਹੈ ਗਰਮੀਆਂ ਦੀ ਮਾੜੀ ਚੀਜ਼ ਗਰਮੀ ਤੁਸੀਂ ਨਾ ਲੈ ਦਿੱਤਾ ਮਾੜੀ ਚੀਜ਼ ਗਰਮੀਆਂ ਦੀ ਗਰਮੀ ਆ ਬਸ ਗਰਮੀ ਹੀ ਲੱਗਦੀ ਮਾੜੀ ਚੀਜ਼ ਕਿਉਂਕਿ ਇੰਨੀ ਐਗਜ਼ੌਸਟ ਹੋ ਜਾਂਦਾ ਨਾ ਸਿਰ ਦੇ ਉੱਤੇ ਤੁਹਾਡੇ ਸੂਰਜ ਹੁੰਦਾ ਮਤਲਬ ਇੰਨਾ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਇੱਕ ਤਾਂ ਆਪਣੇ ਆਪ ਤੋਂ ਇੰਨੀ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਨਾ ਔਕਵਰਡ ਮਹਿਸੂਸ ਕਰਦਾ
ਤੁਸੀਂ ਕੋਈ ਦੋ ਟਿਪ ਦੋ, ਕੋਈ ਚੰਗੀ ਜੀ ਸੋਹਣੀ ਜੀ ਟਿਪ ਦੋ। ਡੀਓਡਰੈਂਟ ਯੂਜ਼ ਕਰਿਆ ਕਰੋ ਯਾਰ, ਮੁੰਡਿਆਂ ਵਾਲੀ ਗੱਲ ਹੋ ਗਈ ਬਿਲਕੁਲ। ਆਈ ਥਿੰਕ ਸਾਰੇ ਮੁੰਡਿਆਂ ਨੂੰ ਇੰਨੀ ਟਿਪ ਪਤਾ ਹੈ। ਇੱਕ ਹੋਰ ਦੋ ਵਾਰ ਨਹਾ ਲਿਆ ਕਰੋ, ਇਹ ਤਾਂ ਜ਼ਰੂਰੀ ਟਿਪ ਹੈ, ਦੋ ਵਾਰ ਜ਼ਰੂਰ ਨਹਾਇਆ ਕਰੋ ਸਾਰੇ ਜਣੇ। ਆਈ ਥਿੰਕ ਮਾਰਨਿੰਗ ਐਂਡ ਐਟ ਨਾਈਟ ਦੋਵੇਂ ਜ਼ਰੂਰੀ ਹੈ, ਬਿਕੋਜ਼ ਇਟਸ ਰੀਅਲੀ ਵੈਰੀ ਸਵੈਟੀ ਇਨ ਪੰਜਾਬ। ਔਰ ਜੇ ਪੰਜਾਬ ਦੀ ਗੱਲ ਕਰੀਏ ਨਾ, ਜਿਹੜਾ ਸਾਡਾ ਸ਼ਹਿਰ ਹੈ ਜਿੱਥੋਂ ਮੈਂ ਬਿਲੋਂਗ ਕਰਦੀ ਹਾਂ, ਉਹ ਸਾਡਾ ਮੇਰੇ ਸ਼ਹਿਰ ਦਾ ਨਾਮ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ। ਬਹੁਤ ਗਰਮੀ ਪੈਂਦੀ ਹੈ ਉੱਥੇ, ਐਂਡ ਯੂ ਨੋ ਉੱਥੇ ਠੰਡ ਵੀ ਬਹੁਤ ਪੈਂਦੀ, ਉੱਥੇ ਗਰਮੀ ਵੀ ਬਹੁਤ ਪੈਂਦੀ ਹੈ। ਸੋ ਇੰਨੀ ਠੰਡ ਔਰ ਇੰਨੀ ਗਰਮੀ ਦੇ ਨਾਲ ਇਟ ਇਜ਼ ਮੋਰ ਆਫ ਲਾਈਕ ਕਿ ਅਸੀਂ ਲੋਕ ਨਾ ਹੁਣ ਉਸ ਤਰ੍ਹਾਂ ਦੇ ਬਣ ਚੁੱਕੇ ਹਾਂ, ਲਾਈਕ ਵੀ ਡੋਂਟ, ਜਦ ਤੱਕ ਅੱਤ ਨਾ ਨਾ ਹੋ ਜਾਏ ਸਾਨੂੰ ਪਤਾ ਨਹੀਂ ਲੱਗਦਾ ਕਿ ਗਰਮੀ ਹੋਈ ਹੈ। ਅੱਛਾ, ਗਰਮੀਆਂ ਦੀ ਜਿਹੜੀ ਖਾਸ ਗੱਲ ਹੈ ਕਿ ਹੌਲੀਡੇ ਤੇ ਜਾਓ, ਗੋਆ ਪਲਾਨ ਕਰੋ ਯਾਰ, ਸੀ ਸਾਈਡ ਤੇ ਬੈਠੋ, ਇੰਜੋਏ ਕਰੋ। ਇਸ ਪਲੈਨਿੰਗਸ ਯੂ ਨਾ ਹੈਵ ਯੂ ਐਵਰ ਬੀਨ ਟੂ ਗੋਆ? ਹਾਂ, ਇੱਕ ਵਾਰ। ਯੂ ਹੈਵ ਬੀਨ ਟੂ ਗੋਆ? ਯੈਸ, ਸੁਪਨਿਆਂ ਚ ਮੈਂ ਜਾ ਰਿਹਾ ਸਰ, ਗੋਆ ਇੱਕ ਵਾਰ ਗਿਆ ਸੀ, ਵੈਸੇ ਇਧਰ ਉਧਰ ਮੈਂ ਜਾਣਾ ਰਹਿਣਾ। ਓਕੇ ਨਾਈਸ, ਆਈ ਹੈਵ ਨੈਵਰ ਬੀਨ ਟੂ। ਆਪਣੇ ਕਾਲਜ ਚ, ਆਪਣੇ ਸਕੂਲ ਚ ਪਲਾਨ ਮੈਂ ਬੜੀ ਵਾਰੀ ਬਣਾਇਆ ਕਿ ਗੋਆ ਜਾਣਾ ਹੈ, ਸਾਰੇ ਫਰੈਂਡਸ ਨਾਲ ਗੋਆ, ਬਟ ਆਈ ਹੈਵ ਨੈਵਰ ਬੀਨ ਟੂ, ਆਈ ਰੀਅਲੀ ਵਾਂਟ ਟੂ। ਲੇਕਿਨ ਹਾਂ, ਸਾਡੇ ਪੰਜਾਬੀ ਲੋਕ ਹਿਮਾਚਲ ਜਾਣਾ ਬੜਾ ਪਸੰਦ ਕਰਦੇ ਨੇ। ਬਹੁਤ ਜ਼ਿਆਦਾ ਪੀਕ ਸੀਜ਼ਨ ਹੁੰਦਾ ਹੈ, ਬਿਲਕੁਲ, ਸਟੇਸ਼ਨਸ ਦੇ ਉੱਪਰ ਹੈ ਨਾ, ਔਰ ਬੁਕਿੰਗਸ ਨਹੀਂ ਮਿਲਦੀਆਂ, ਇੰਨਾ ਜ਼ਿਆਦਾ ਉੱਥੇ ਮਜ਼ਾ ਆਉਂਦਾ, ਇੰਨੇ ਸਾਰਾ ਟਰੈਵਲਰਸ, ਇੰਨੇ ਸਾਰਾ ਟੂਰਿਸਟ ਹੋ ਜਾਂਦੇ ਨੇ। ਤੁਹਾਡੀ ਕਦੀ, ਤੁਸੀਂ ਕਦੀ ਗਏ ਹੋ ਗਰਮੀਆਂ ਦੀ ਛੁੱਟੀਆਂ ਤੇ ਆਪਣੀ ਫੈਮਿਲੀ ਦੇ ਨਾਲ? ਕੋਈ ਫੇਵਰੇਟ ਡੈਸਟੀਨੇਸ਼ਨ? ਮਨਾਲੀ, ਧਰਮਸ਼ਾਲਾ। ਧਰਮਸ਼ਾਲਾ ਤੇ ਬਹੁਤ ਹੀ ਖੂਬਸੂਰਤ ਬਣਾਈ ਹੋਈ, ਕਿਉਂਕਿ ਉੱਥੇ ਸਵਿਮਿੰਗ ਪੂਲ ਹੈਗਾ। ਉਹਦੇ ਜਾਣ ਦਾ ਮਜ਼ਾ ਸਵਿਮਿੰਗ ਪੂਲ ਦਾ ਹੁੰਦਾ ਕਿ ਯਾਰ ਚਲੋ ਛਾਲਾ ਮਾਰੋ, ਪਰ ਉੱਥੇ ਜਾ ਕੇ ਤੁਹਾਨੂੰ ਠੰਡ ਨਹੀਂ ਲੱਗਦੀ ਹੈ ਨਾ, ਤੁਸੀਂ ਕਹੋਗੇ ਯਾਰ ਚਲੋ ਵਾਪਸ ਚਲੋ ਪੰਜਾਬ ਬਸ ਕਰੋ। ਦੋ ਪਾਸੇ ਫਰਾਟੇ ਲੱਗ ਜਾਣੇ, ਠੰਡੀਆਂ ਹਵਾਵਾਂ ਸਾਰੀ ਰਾਤ ਆਣੀ, ਤੇ ਇੰਨਾ ਮਜ਼ਾ ਆਉਂਦਾ ਸੀ ਨਾ ਰਾਤੀ, ਇੰਨਾ ਕੁ ਤੇ ਚੱਲਦਾ ਯਾਰ। ਦੇਖੋ ਜੀ, ਸਾਰੀ ਨੈਗੇਟਿਵ ਚੀਜ਼ਾਂ ਨਹੀਂ ਹੁੰਦੀਆਂ, ਕੁਝ ਕੁਝ ਪੋਜ਼ਿਟਿਵ ਵੀ ਹੁੰਦਾ। ਤੇ ਫਰਾਟੇ ਲਾ ਕੇ ਸੌ ਜਾਣਾ, ਸਵੇਰੇ ਹੋਸ਼ ਆਉਂਦੀ ਜਦੋਂ ਸੂਰਜ ਚੜ੍ਹਦਾ, ਆਰਾਮ ਨਾਲ ਅੱਖਾਂ ਖੁੱਲੀਆਂ, ਜਦੋਂ ਮੱਖੀਆਂ ਤੁਹਾਡੇ ਮੂੰਹ ਤੇ ਪੈਂਦੀਆਂ। ਹਾਂ, ਬਸ ਮੱਖੀਆਂ ਡਾਂਦੀਆਂ ਹੀ। ਵਾਓ, ਇਹਨਾਂ ਨੂੰ ਐਕਸਪੀਰੀਅੰਸ ਹੈ। ਯਾ ਯਾ, ਉਹ ਛੋਟੇ ਹੁੰਦੇ ਦਾ ਐਕਸਪੀਰੀਅੰਸ ਹੁੰਦਾ ਨਹੀਂ ਹੈ, ਬਟ ਹਾਂ, ਯੈਸ, ਆਈ ਹੈਵ ਐਕਸਪੀਰੀਅੰਸ ਦਿਸ ਥਿੰਗ ਐਂਡ ਇਟ ਇਜ਼ ਪ੍ਰੀਟੀ ਗੁੱਡ। ਬੜਾ ਮਜ਼ਾ ਆਉਂਦਾ ਹੈ, ਔਰ ਸਾਰਿਆਂ ਦੇ ਨਾਲ ਜਦੋਂ ਤੁਸੀਂ ਜੁਆਇੰਟ ਫੈਮਿਲੀ ਹੁੰਦੇ, ਸੱਚੀ ਬੜਾ ਇੰਟਰਸਟਿੰਗ ਹੁੰਦਾ, ਬੜਾ ਮਜ਼ਾ ਆਉਂਦਾ। ਅੱਛਾ, ਗਰਮੀਆਂ ਦੀ ਅਸੀਂ ਗੱਲ ਕਰ ਰਹੇ ਹਾਂ, ਗਰਮੀਆਂ ਦੇ ਕੱਪੜਿਆਂ ਦੀ ਗੱਲ ਕਰਨਾ ਨਾ ਭੁੱਲੇ, ਬਿਕੋਜ਼ ਜੇ ਕੁੜੀਆਂ ਦੇਖ ਰਹੇ ਨੇ, ਸੋਚ ਰਹੇ ਨੇ ਯਾਰ ਤੂੰ ਉਹਦੇ ਕਿਹਾ ਹੀ ਨਹੀਂ, ਵੀ ਜਿਹੜੇ ਗਰਮੀਆਂ ਦੇ ਕੱਪੜੇ ਹੁੰਦੇ ਨੇ ਦੇ ਸੋ ਗੁੱਡ, ਸੋ ਸਟਾਈਲਿਸ਼, ਸੋ ਰਿਲੈਕਸਿੰਗ। ਆਪਣੇ ਜਿਹੜੇ ਸਰਦੀਆਂ ਹੁੰਦੀਆਂ ਨਾ, ਇੱਥੇ ਕੁੜੀਆਂ ਕੋਲ ਕੋਈ ਖਾਸ ਆਪਸ਼ਨ ਨਹੀਂ ਬਣਦੀ, ਬਿਕੋਜ਼ ਸਵੈਟਰਸ ਔਰ ਇੱਦਾਂ ਲੌਂਗ ਕੋਟਸ ਐਂਡ ਦਿਸ ਐਂਡ ਦੈਟ, ਸੋ ਜ਼ਿਆਦਾ ਆਪਸ਼ਨ ਨਹੀਂ ਰਹਿੰਦੇ। ਗਰਮੀਆਂ ਦੇ ਵਿੱਚ ਅਣਗਿਣਤ ਆਪਸ਼ਨਸ ਨੇ, ਅਣਗਿਣਤ ਆਪਸ਼ਨਸ ਕੁੜੀਆਂ ਨੂੰ। ਆਈ ਥਿੰਕ ਦੀ ਬੈਸਟ ਸੀਜ਼ਨ ਐਵਰ ਗਰਮੀਆਂ ਲੱਗਦਾ, ਜਸਟ ਬਿਕੋਜ਼ ਆਫ ਕਲੋਥਸ। ਵਾਓ, ਨਹੀਂ ਪਰ ਮੇਰੇ ਖਿਆਲ ਮੁੰਡਿਆਂ ਦਾ ਹੋ ਰਿਹਾ, ਜੋ ਮੈਨੂੰ ਪਸੰਦ ਹੈ। ਸਰਦੀਆਂ ਦੇ ਵਿੱਚ ਬਹੁਤ ਕੱਪੜੇ ਹੁੰਦੇ ਨੇ, ਸਵੈਟਰ ਪਾਓ, ਕੋਟ ਪਾਓ, ਤੁਸੀਂ ਬਲੇਜ਼ਰ ਪਾਓ, ਜੈਕਟਸ ਪਾਓ, ਟ੍ਰੈਂਡਿੰਗ ਟ੍ਰੈਂਡਿੰਗ ਜੈਕਟਸ ਆਉਂਦੀਆਂ, ਤੁਸੀਂ ਕੁਛ ਵੀ ਪਾ ਲਓ ਯਾਰ, ਕੈਪਸ ਹੀ ਬੜੀਆਂ ਸੋਹਣੀਆਂ ਆਉਣ ਲੱਗ ਪਈਆਂ ਅੱਜ ਕੱਲ੍ਹ, ਉਹਦੇ ਨਾਲ ਤੁਸੀਂ ਕੂਲ ਫੰਕੀ ਲੱਗਦੇ ਹੋ, ਮੇਰੇ ਖਿਆਲ ਜਿਹੜਾ ਮੇਰਾ ਮਨ ਹੈ ਸਰਦੀਆਂ 'ਚ। ਅੱਛਾ, ਤੁਹਾਨੂੰ ਸਰਦੀਆਂ ਚੰਗੀ ਲੱਗਦੀਆਂ? ਕੱਪੜਿਆਂ ਵਾਸਤੇ। ਅੱਛਾ, ਵਨ ਥਿੰਗ ਯੂ ਲਵ ਅਬਾਊਟ ਵਿੰਟਰਸ? ਵਿੰਟਰਸ ਵਾਸਤੇ ਮੂੰਹ 'ਚ ਜੇ ਧੁੰਦ ਨਿਕਲਦੀ ਨਾ, ਨਹੀਂ ਕੀ ਹੈ, ਸਰਦੀਆਂ ਦੇ ਵਿੱਚ ਨਾ ਜਿਹੜਾ ਪੰਜਾਬ ਦੀ ਗੱਲ ਕਰ ਰਿਹਾ, ਲੈਂਡਸਕੇਪ ਬਹੁਤ ਸੋਹਣਾ ਹੋ ਜਾਂਦਾ, ਸੋ ਮੈਨੂੰ ਲੈਂਡਸਕੇਪ ਵੇਖਣ ਦਾ ਬੜਾ ਮਜ਼ਾ ਲੱਗਦਾ ਹੈ। ਸਰਦੀਆਂ ਦੇ ਵਿੱਚ ਸੱਚੀ ਸਵੇਰੇ ਸਵੇਰੇ ਜਦੋਂ ਧੁੰਦ ਪੈ ਕੇ ਹਟਦੀ ਹੈ ਨਾ, ਇਟ ਇਜ਼ ਜਸਟ ਵੈਰੀ ਬਿਊਟੀਫੁਲ। ਔਰ ਜੇ ਗਰਮੀਆਂ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਅਸੀਂ ਇਹ ਕਹਿ ਰਹੇ ਸੀਗੇ ਵੀ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਲੇਕਿਨ ਹਾਂ, ਔਨ ਦ ਸੇਮ ਟਾਈਮ, ਐਟ ਦ ਸੇਮ ਪੁਆਇੰਟ ਆਫ ਟਾਈਮ, ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਸ਼ਾਮ ਹੈ ਨਾ ਗਰਮੀ ਦੀ, ਉਹਦੇ ਨਾਲੋਂ ਜ਼ਿਆਦਾ ਸੋਹਣੀ ਸ਼ਾਮ ਗਰਮੀ ਦੀ ਹੁਣ ਕਿਤੇ ਨਹੀਂ ਹੈ। ਆਈ ਹੈਵ ਬੀਨ ਟੂ ਸਾਊਥ ਇੰਡੀਆ, ਆਈ ਹੈਵ ਬੀਨ ਟੂ ਦੀ ਮਿਡਲ ਪਾਰਟ ਆਫ ਦੀ ਇੰਡੀਆ, ਦੀ ਮੁੰਬਈ, ਉੱਥੇ ਹਿਊਮਿਡਿਟੀ ਬੜੀ ਹੋ ਜਾਂਦੀ ਹੈ, ਯੂ ਨੋ, ਸ਼ਾਮ ਵੇਲੇ, ਰਾਤ ਵੇਲੇ, ਬਟ ਪੰਜਾਬ ਦੇ ਵਿੱਚ
ਕਿਆ ਬਾਤ ਹੈ, ਸ਼ਾਮੀ ਇਜ਼ ਲਾਈਕ ਬਿਊਟੀਫੁਲ, ਇੰਨੀ ਠੰਡੀਆਂ ਹਵਾਵਾਂ ਚੱਲਣ ਲੱਗ ਜਾਂਦੀਆਂ ਨੇ, ਤੁਹਾਨੂੰ ਸ਼ਾਮ ਬਹੁਤ ਸੋਹਣੀ ਲੱਗੇਗੀ, ਰਾਤ ਬਹੁਤ ਸੋਹਣੀ ਲੱਗੇਗੀ, ਚਲੋ ਦਿਨ ਦਾ ਹੁਣ ਕੀ ਕਹਿ ਸਕਦੇ, ਗਰਮੀ ਪੈਂਦੀ ਹੈ ਪੈਂਦੀ ਹੈ। ਅੱਛਾ, ਗਰਮੀਆਂ ਦੇ ਵਿੱਚ ਨੁਕਸਾਨ ਪਤਾ ਕਦੋਂ ਹੁੰਦਾ, ਜਦੋਂ ਬਿਜਲੀ ਚੱਲ ਜਾਏ ਤੇ ਇਨਵਰਟਰ ਦੀ ਬੈਟਰੀ ਹੋ ਚੱਲੋ ਤੇ ਪੱਖਾ ਹੋ ਜਾਏ ਬੰਦ, ਯਾਰ ਕਦੋਂ ਬੱਤੀ ਹੋਣੀ ਜਲਦੀ ਪਤਾ ਕਰੋ ਯਾਰ, ਇਲੈਕਟ੍ਰੀਸਿਟੀ ਵਾਲਿਆਂ ਨੂੰ ਬੁਲਾਓ, ਤੁਹਾਡਾ ਏਸੀ ਬੰਦ ਹੋ ਜਾਏ ਨਾ ਤੁਸੀਂ ਤੇ ਰੱਬ ਵਾਂਗ ਪੂਜੋਗੇ, ਯਾਰ ਜਲਦੀ ਕਰਦੇ ਜਲਦੀ ਕਰਦੇ, ਵੇਖ ਲਾ ਰੱਬ ਬਣ ਕੇ। ਮੈਂ ਨਾ ਪਹਿਲੇ ਪਿੰਡ 'ਚ ਰਹਿੰਦੀ ਸੀ, ਲਾਈਕ ਜਦੋਂ ਮੈਂ ਛੋਟੀ ਸੀ, ਮੈਂ ਫਿਫਥ ਸਿਕਸ ਕਲਾਸ 'ਚ ਹੋਊਂਗੀ, ਮੈਂ ਇੱਕ ਪਿੰਡ 'ਚ ਰਹਿੰਦੀ ਸੀ, ਔਰ ਯੂ ਨੋ ਕਿ ਅੱਜ ਤੋਂ 10 ਸਾਲ ਪਹਿਲੇ ਤੁਸੀਂ ਲਗਾ ਲਓ ਸਾਹਿਬ ਕਿ ਪਿੰਡ ਦੇ ਵਿੱਚ ਇਲੈਕਟ੍ਰੀਸਿਟੀ ਦਾ ਕੀ ਹਾਲ ਹੋਏਗਾ, ਐਂਡ ਇਟ ਵਾਸ ਅ ਸਮਾਲ ਟਾਊਨ, ਬਹੁਤ ਛੋਟਾ ਜਿਹਾ ਵਿਲੇਜ ਹੈ, ਤੋ ਉੱਥੇ ਇਲੈਕਟ੍ਰੀਸਿਟੀ ਦਾ ਕੱਟ ਲੱਗ ਗਿਆ, ਯੂ ਵੋਂਟ ਬਿਲੀਵ, 3 ਦਿਨ ਦਾ ਕੱਟ, ਸ਼ਿਖਰ ਗਰਮੀ, ਜੂਨ ਜੁਲਾਈ ਦੀ ਛੁੱਟੀਆਂ ਵਾਲਾ ਗਰਮੀ, ਐਂਡ ਇਟ ਇਜ਼ ਲਾਈਕ ਸੋ ਟਾਇਰਿੰਗ ਕਿ ਮੈਂ 3 ਦਿਨ ਲਾਈਟ ਹੀ ਨਹੀਂ ਆਈ, ਮਤਲਬ ਮੈਨੂੰ ਇਦਾਂ ਹੋ ਗਿਆ ਹੁਣ ਕਦੀ ਜ਼ਿੰਦਗੀ 'ਚ ਮੈਂ ਲਾਈਟ ਆ ਛੱਡ ਚੁੱਕੀ ਸੀ, ਹੁਣ ਕਦੀ ਜ਼ਿੰਦਗੀ 'ਚ ਲਾਈਟ ਨਹੀਂ ਆਉਣੀ, ਮੇਰੇ ਪਾਪਾ ਉਹਨਾਂ ਨੂੰ ਬਹੁਤ ਗਰਮੀ ਲੱਗਦੀ ਹੈ, ਮੈਨੂੰ ਵੀ ਬਹੁਤ ਗਰਮੀ ਲੱਗਦੀ ਹੈ, ਸੋ ਐਵਰੀ ਅਦਰ ਟਾਈਮ ਉਹ ਆ ਰਹੇ ਜਾ ਰਹੇ ਆ, ਮਾਸਕਿੰਗ ਕਿ ਕਦੋਂ ਆਏਗੀ ਲਾਈਟ, ਹਾਂ ਉਹ ਭਾਖੜਾ ਤੋਂ ਚੱਲ ਗਈ, ਕਹਿੰਦੇ ਸੋ ਮੈਨੂੰ ਵੀ ਇੱਦਾਂ ਲੱਗ ਗਿਆ ਕਿ ਭਾਖੜਾ ਚੱਲ ਗਿਆ, ਹੁਣ ਨੈਵਰ ਵੀ ਗੋਇੰਗ ਟੂ ਗੈਟ ਇਲੈਕਟ੍ਰੀਸਿਟੀ ਬੈਕ, ਬਟ ਹਾਂ we got it back and I'm so happy. ਅੱਛਾ ਗੱਲ ਕਰਦੇ ਕਰਦੇ ਮੈਨੂੰ ਜੂਨ ਜੁਲਾਈ ਦੀ ਛੁੱਟੀਆਂ ਯਾਦ ਆ ਗਿਆ, ਹਾਂ ਜੂਨ ਜੁਲਾਈ ਦੀ ਛੁੱਟੀਆਂ, ਗਰਮੀਆਂ was all about ਜੂਨ ਜੁਲਾਈ ਦੀ ਛੁੱਟੀਆਂ, ਮਤਲਬ ਵੇਟ ਹੁੰਦਾ ਯਾਰ ਸਮਰ ਵੀਕੇਸ਼ਨ ਸਪੈਂਡ ਕਰਨੇ ਕਿਤੇ, ਮਤਲਬ ਸਾਡੇ ਨਾਲ ਟੀਚਰ ਸਾਨੂੰ ਪਹਿਲਾਂ ਕਹਿ ਦਿੰਦੇ ਸੀ ਸੋ ਬੇਟਾ ਕਹਾਂ ਜਾ ਰਹੇ ਹੋ ਸਮਰ ਵੀਕੇਸ਼ਨਸ 'ਤੇ, ਅਤੇ ਮੇਰੀ ਫੈਮਿਲੀ ਮੈਨੂੰ ਹਮੇਸ਼ਾ ਸਮਰ ਵੀਕੇਸ਼ਨ 'ਤੇ ਕਿਸੇ ਨਾ ਕਿਸੇ ਹਿਲ ਸਟੇਸ਼ਨ 'ਤੇ ਲੈ ਕੇ ਹੀ ਜਾਂਦੀ ਸੀ, ਮੈਂ ਜਾਂਦਾ ਸੀ, ਨੋਟ ਇਨ ਮਾਈ ਕੇਸ, ਮਾਈ ਐਜ਼ ਆਈਵ ਟੋਲਡ ਮਾਈ ਫਾਦਰ ਇਜ਼ ਅ ਡਾਕਟਰ, ਔਰ ਮੈਨੂੰ ਕਦੀ ਕਿਤੇ ਨਹੀਂ ਲੈ ਕੇ ਗਏ, ਆਈ ਐਮ ਕੰਪਲੇਨਿੰਗ ਕਿ ਮੈਨੂੰ ਕਦੀ ਕਿਤੇ ਹਿਲ ਸਟੇਸ਼ਨ 'ਤੇ ਘੁੰਮਾਉਣ ਨਹੀਂ ਲੈ ਕੇ ਗਏ, ਕਿਸੇ ਜਗ੍ਹਾ 'ਤੇ ਘੁੰਮਾਉਣ ਨਹੀਂ ਲੈ ਗਏ, ਮੇਰੀ ਗਰਮੀ ਦੀ ਛੁੱਟੀਆਂ ਬਸ ਇੱਦਾਂ ਹੀ, ਮਤਲਬ ਗਰਮੀ ਦੀ ਛੁੱਟੀਆਂ ਕਦੀ ਬਾਰੇ ਗੱਲ ਕਰਕੇ ਨਹੀਂ, ਗਰਮੀ ਦੇ ਬਾਰੇ ਗੱਲ ਕਰਨੀ ਸੀ, ਪਰ ਕਿਤੇ ਐਂਡ ਜਿਹੜਾ ਛੁੱਟੀਆਂ ਤੇ ਹੋ ਰਹੇ ਨਾ, ਸੁਣ ਕੇ ਬੜਾ ਅੱਛਾ ਲੱਗ ਰਿਹਾ, ਏਦਾਂ ਲੱਗ ਰਿਹਾ ਕਿ ਫਿਰ ਤੋਂ ਸ਼ਾਇਦ ਉਹ ਫੇਸ ਵਾਪਸ ਆਣਾ, ਲੇਕਿਨ ਅਸੀਂ ਜਦੋਂ ਲਾਈਫ 'ਚ ਵੱਡੇ ਹੋ ਜਾਂਦੇ ਨਾ, ਉਹ ਜੂਨ ਜੁਲਾਈ ਦਾ ਮਤਲਬ ਹੁਣ ਛੁੱਟੀਆਂ ਨਹੀਂ ਰਹਿ ਗਈਆਂ, ਹੁਣ ਇਹ ਵੀ ਵਰਕਿੰਗ ਹੋ ਗਏ ਨੇ, ਔਰ ਇਹਦੇ ਲਈ ਹੁਣ ਇੰਨਾ ਕਰੇਜ਼ ਨਹੀਂ ਹੈ, ਆਉਣ ਵਾਲੇ ਕੁਝ ਸਾਲਾਂ 'ਚ ਇਹ ਵੀ ਭੁੱਲ ਜਾਏਗਾ ਸ਼ਾਇਦ, ਹੁਣ ਹੈ ਵੀ ਹੈ ਨਾ, ਆਉਣ ਵਾਲੇ ਕੁਝ ਸਾਲ ਬਾਅਦ ਇਹ ਜੂਨ ਜੁਲਾਈ ਦਾ ਕਰੇਜ਼ ਵੀ ਚੜਾ ਜਾਏਗਾ, ਬਟ ਕੋਸ਼ਿਸ਼ ਕਰਾਂਗੇ ਕਿ ਹਮੇਸ਼ਾ ਨੂੰ ਆਪਣੇ ਅੰਦਰ ਇੰਟੈਕਟ ਰੱਖੀਏ, ਕਿਉਂਕਿ ਬੜੀ ਅੱਛੀ ਯਾਦਾਂ ਹੁੰਦੀਆਂ ਨੇ, ਰਾਈਟ? ਸਹੀ ਕਿਹਾ, ਮੈਂ ਅੱਗੇ ਆਫਿਸ ਆਣਾ ਸੀ ਨਾ ਅੱਜ, ਮੈਂ ਸੋਚਦਾ ਪਿਆ ਯਾਰ ਛੋਟੇ ਹੁੰਦੇ ਤੇ ਮੈਂ ਬਹਾਨਾ ਲਾ ਦਿੰਦਾ ਸੀ, ਮੰਮੀ ਅੱਜ ਟਿਊਸ਼ਨ ਨਹੀਂ ਜਾਣਾ, ਗਰਮੀ ਬੜੀ, ਛੁੱਟੀ ਕਰ ਦੋ, ਪਰ ਯਾਰ ਇੱਥੇ ਤੇ ਆਉਣਾ ਹੀ ਪੈਣਾ ਵਾ। ਜੀ ਬਿਲਕੁਲ, ਸੋ ਅੱਜ ਦਿਲ ਦੀਆਂ ਗੱਲਾਂ ਦੇ ਵਿੱਚ ਆਪਣੇ ਦਿਲ ਦੇ ਆ ਗੱਲਾਂ ਦੱਸੀਆਂ ਗਰਮੀ ਨੂੰ ਲੈ ਕੇ, ਤੁਹਾਡੇ ਕੀ ਵਿਊਜ਼ ਨੇ, ਗਰਮੀ ਤੁਹਾਨੂੰ ਲੱਗਦੀ ਹੈ, ਕਿੰਨੀ ਕੁ ਫੀਲ ਕਰਦੇ ਹੋ, ਗਰਮੀ ਤੋਂ ਬਚਣ ਲਈ ਜੇ ਤੁਹਾਡੇ ਕੋਈ ਟਿਪ ਹੈ, ਜਿੱਦਾਂ ਮੈਂ ਤੁਹਾਨੂੰ 2 ਟਿਪਸ ਦਿੱਤੇ, ਤੁਸੀਂ ਵੀ ਆਪਣੀ ਜੋ ਟਿਪਸ ਹੈਗੀਆਂ ਸਾਨੂੰ ਜ਼ਰੂਰ ਦਿਓ ਕਮੈਂਟ ਦੇ ਵਿੱਚ ਲਿਖਿਓ, ਸੋ ਅੱਜ ਲਈ ਬਸ ਕਰੀਏ, ਸੋ ਜੀ ਦਿਲ ਦੀਆਂ ਗੱਲਾਂ ਦੇ ਵਿੱਚ ਅੱਜ ਲਈ ਇੰਨਾ ਹੀ, ਮੈਨੂੰ ਯਾਨੀ ਸਾਰਿਆਂ ਨੂੰ, ਤੋਂ ਮੇਰੇ ਨਾਲ ਅਭਿਸ਼ੇਕ ਨੂੰ ਇੱਥੇ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।